ਮੇਰਾ ਨਾਮ ਹੈ ਕਤਿਕ ਸ਼ਰਮਾ ਜਿੱਤੇ ਯੁਵਾ ਇਕਤਾ کلب ਚੰਦਰ ਨਗਰ ਸੇਵਰ ਲਾਈਨ ਲੁਧਿਆਣਾ ਦੀ ਤਰਫ ਤੋਂ 22 ਜਨਵਰੀ ਦਿਨ ਸੋਮਵਾਰ ਨੂੰ ਸੁੰਦਰ ਕਾਂ ਦਾ ਪਾਠ ਜੋ ਕਿ ਚੰਦਰ ਨਗਰ ਮੇਨ ਰੋਡ ਤੇ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਸੁੰਦਰ ਕਾਂ ਪਾਠ ਤੋਂ ਬਾਅਦ ਭਜਨ ਸੰਧਿਆ ਭਜਨ ਸੰਧਿਆ ਤੋਂ ਬਾਅਦ ਭੋਜਨ ਦੀ ਵਿਵਸਥਾ ਬੜੇ ਹੀ ਦhoom dhamal קרਵਾਇਆ ਜਾ ਰਿਹਾ ਸਾਰਾ ਕੁਝ ਤੇ ਸਾਦੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਪਰਿਵਾਰ ਸਾਰੇ ਹੀ ਜੈ ਸ਼੍ਰੀ ਰਾਮ ਮੇਰਾ ਨਾਮ ਯੋਗੇਸ਼ ਗਰਗਵਾੜ ਨੰਬਰ 18 ਤੋਂ ਜੋ ਕਿ ਯੂਏਕ ਤਕਲਬ ਕੀ ਤਰਫ ਸੇ ਚੰਦਰ ਨਗਰ ਮੇਨ ਰੋਡ ਲੁਧਿਆਣਾ ਮੇਂ ਸ਼੍ਰੀ ਰਾਮ ਜੀ ਕੇ ਮੰਦਿਰ ਕੇ ਉਪਲਖਸ਼ ਮੇਂ ਇਤਨਾ ਦੋਮਦਾਰ ਸੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸੁੰਦਰ ਗਾਨ ਦਾ ਪਾਠ ਵਿਸ਼ਾਲ ਭਜਨ ਸੰਧਿਆ तथा महाआरती उसके उपरांत लंगर का भी उपस्थित है जिसमें सभी इलाका निवासियों को किया जाता है कि सभी आकर श्री राम जी का अपना आशीर्वाद प्राप्त करें हम हम मेरी पूरी टीम युवा एकता क्लब ने हर पूरे मोहल्ले में झंडे लगाए लाइटें लगवाई हैं और सभी को यही बेनती करता हूं कि सभी दिवाली मनाएं दोबारा ਦੀਏ ਜਲਾਏ ਸਭੀ ਇਲਾਕਾ ਨਿਵਾਸੀਓ ਕੋ ਇਹ ਹੀ ਬੇਨਤੀ ਕਰਤਾ ਹਾਂ ਆਕਰ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇ ਇੱਕ ਹੀ ਨਾਰਾ ਇੱਕ ਹੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਹੈ ਕਤਿਕ ਸ਼ਰਮਾ ਜਤੇ ਯੁਵਾ ਇਕਤਾ ਕਲਪ ਚਰਦਨ ਲਗਾ ਸੇਵਰ ਲਾਈਨ ਲੁਧਿਆਣਾ ਦੀ ਤਰਫ ਤੋਂ 22 ਜਨਵਰੀ ਦਿਨ ਸੋਮਵਾਰ ਨੂੰ ਸੁੰਦਰ ਕਾਂ ਦਾ ਪਾਠ ਜੋ ਕਿ ਚੰਦਨਗੜ੍ਹ 메인 ਰੋਡ ਤੇ ਬਹੁਤ ਹੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਸੁੰਦਰ ਕਾਂਟ ਪਾਰ ਤੋਂ ਬਾਅਦ ਭਜਨ ਸੰਧਿਆ ਭਜਨ ਸੰਧਿਆ ਤੋਂ ਬਾਅਦ ਭੋਜਨ ਦੀ ਵਿਵਸਥਾ ਬੜੇ ਹੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਸਾਰਾ ਕੁਝ ਤੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਪਰਿਵਾਰ ਸਾਰੇ ਹੀ ਜੈ ਸ਼੍ਰੀ ਰਾਮ ਮੇਰਾ ਨਾਮ ਯੋਗੇਸ਼ ਗਰਗਵਾੜ ਨੰਬਰ 18 ਤੋਂ जो कि युवा एकता क्लब की तरफ से चंद्रनगर मेन रोड लुधियाना में, में श्री राम जी के मंदिर के उपलक्ष्य में इतना धूमधाम से प्रोग्राम करवाया जा रहा है सुंदरकांड का पाठ विशाल भजन संध्या तथा महाआरती उसके उपरांत लंगर का भी उपस्थित है जिसमें सभी इलाका निवासियों को किया जाता है कि सभी आकर श्री राम जी का अपना आशीर्वाद प्राप्त करें हम हम मेरी पूरी टीम युवा एकता क्लब ने हर पूरे मोहल्ले में झंडे लगाए लाइटें लगवाई हैं और सभी को यही बेनती करता हूँ कि सभी दिवाली मनाए दोबारा दिए जलाएं सभी इलाका निवासियों को यही बेनती करता हूँ आकर श्री राम जी का आशीर्वाद प्राप्त करें एक ही नारा एक ही नाम जय श्री राम जय श्री राम जय श्री राम